ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੇਸ਼ ਅਲਕ ਸ਼ਰਮਾ ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ ਚੋਣ ਫਸਲ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕੀ ਹੈ ਤੇ ਕੱਟਣ ਦੀ ਤਿਆਰੀ ਹੈਗੀ ਹੈ 20 ਫਰਵਰੀ ਨੂੰ ਇੱਥੇ ਵੋਟਿੰਗ ਹੋਣੀ ਹੈ ਤੇ 10 ਮਾਰਚ ਨੂੰ ਨਤੀਜੇ ਆ ਜਾਣਗੇ ਯਾਨੀ ਕਿ 10 ਮਾਰਚ ਨੂੰ ਸਾਨੂੰ ਪਤਾ ਚੱਲ ਜਾਵੇਗਾ ਕਿ ਕਿਸ ਦੀ ਸਰਕਾਰ ਬਣੇਗੀ ਅਜਿਹੇ ਵਿੱਚ ਇਸ ਤੋਂ ਪਹਿਲਾਂ ਇਸ ਵੇਲੇ ਰਾਜਨੀਤਿਕ ਮਾਹੌਲ ਹੈਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪੱਖਿਆ ਹੋਇਆ ਹੈ ਜਿੱਥੇ ਰਾਜਨੀਤਿਕ ਪਾਰਟੀਆਂ ਦੀ ਨਜ਼ਰ ਜਾਤੀ ਸਮੀਕਰਨਾਂ ਜਾਂ ਫਿਰ ਹੋਰਨਾਂ ਮੁੱਦਿਆਂ ਤੇ ਹੈਗੀ ਹੈ ਤਾਂ ਉੱਥੇ ਹੀ ਇੱਕ ਨਵੀਂ ਚੁਣੌਤੀ ਰਾਜਨੀਤਿਕ ਪਾਰਟੀਆਂ ਦੇ ਸਾਹਮਣੇ ਆ ਚੁੱਕੀ ਹੈ ਉਹ ਹੈ ਡੇਰਾ ਸੱਚਾ ਸੌਦਾ ਇਸ ਚੋਣਾਵੀ ਮੌਸਮ ਦੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਬਾਹਰ ਹੋਣਗੇ ਮਤਲਬ ਕਿ ਉਹ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਤਾਂ ਅਜਿਹੇ ਵਿੱਚ ਇਸ ਦੇ ਨਾਲ ਜਿਹੜੇ ਰੁਝਾਨ ਹੈਗੇ ਨੇ ਉਹ ਬਦਲਦੇ ਹੋਏ ਨਜ਼ਰ ਆ ਰਹੇ ਹੈਗੇ ਨੇ ਜਿਹੜੇ ਸਿਆਸੀ ਮਾਹਿਰ ਨੇ ਉਹ ਬਹੁਤ ਸਾਰੀਆਂ ਗੱਲਾਂ ਕਹਿ ਰਹੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸੇ ਨਾ ਕਿਸੇ ਪਾਰਟੀ ਨੂੰ ਤਾਂ ਇਸ ਦੇ ਨਾਲ ਫਾਇਦਾ ਹੋ ਸਕਦਾ ਤਾਂ ਅੱਜ ਦੀ ਸਾਡੀ ਇਸ ਰਿਪੋਰਟ ਵਿੱਚ ਅਸੀਂ ਇਹੀ ਦੇਖਾਂਗੇ ਕਿ ਗੁਰਮੀਤ ਰਾਮ ਰਹੀਮ ਦੇ ਜੇਲ੍ਹ 'ਚੋਂ ਬਾਹਰ ਆਉਣ ਦੇ ਨਾਲ ਕਿਹੜੀ ਪਾਰਟੀ ਨੂੰ ਕਿੰਨਾ ਫਾਇਦਾ ਹੋਵੇਗਾ ਅਤੇ ਕਿਹੜੀ ਨੂੰ ਨੁਕਸਾਨ ਹੋਵੇਗਾ ਚੋਣਾਂ ਦੇ ਇਸ ਮੌਸਮ ਵਿੱਚ 21 ਦਿਨ ਜੇਲ੍ਹ ਤੋਂ ਬਾਹਰ ਰਹੇਗਾ ਗੁਰਮੀਤ ਰਾਮ ਰਹੀਮ ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲਣ ਨਾਲ ਸਿਆਸੀ ਪਾਰਾ ਵੀ ਚੜ ਗਿਆ ਹੈ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਜ਼ੋਰਾਂ ਤੇ ਹੈ ਕਿ ਗੁਰਮੀਤ ਰਾਮ ਰਹੀਮ ਦੇ ਚੋਣਾਂ ਤੋਂ ਠੀਕ ਪਹਿਲਾਂ ਜੇਲ੍ਹ ਤੋਂ ਬਾਹਰ ਆਉਣ ਨਾਲ ਕਿਸ ਨੂੰ ਫਾਇਦਾ ਹੋਵੇਗਾ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰੋਹਤਕ ਦੇ ਸੁਨਾਰੀਆ ਜੇਲ੍ਹ ਵਿੱਚ ਕੈਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਫਰਲੋ ਤੇ ਬਾਹਰ ਆ ਗਏ ਨੇ ਪੰਜਾਬ ਵਿੱਚ ਡੇਰਿਆਂ ਦਾ ਰੁਤਬਾ ਪੰਜਾਬ ਵਿੱਚ ਕਈ ਡੇਰੇ ਨੇ ਜਿਨ੍ਹਾਂ ਦੇ ਨਾ ਸਿਰਫ ਲੱਖਾਂ ਕਰੋੜਾਂ ਲੋਕ ਉਹਨਾਂ ਨੂੰ ਮੰਨਦੇ ਨੇ ਬਲਕਿ ਇਸ ਦਾ ਰਾਜਨੀਤਿਕ ਰਸੂਖ ਵੀ ਹੈ ਪੰਜਾਬ ਵਿੱਚ 1/4 ਆਬਾਦੀ ਕਿਸੇ ਨਾ ਕਿਸੇ ਡੇਰੇ ਨਾਲ ਤਾਲੁਕ ਰੱਖਦੀ ਹੈ ਅਜਿਹੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਸਿੱਧਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਵਿਧਾਨ ਸਭਾ ਚੋਣਾਂ ਤੋਂ 13 ਦਿਨ ਪਹਿਲਾਂ ਗੁਰਮੀਤ ਰਾਮ ਰਹੀਮ ਦੀ ਫਰਲੋ ਨਾਲ ਕਈ ਤਰ੍ਹਾਂ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਨੇ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ 300 ਵੱਡੇ ਡੇਰਿਆਂ ਦਾ ਸਿੱਧਾ ਦਖਲ ਸੂਬੇ ਦੀ ਸਿਆਸਤ ਵਿੱਚ ਹੈ ਇਸ ਦਾ ਅਸਰ ਪੰਜਾਬ ਦੇ ਮਾਝਾ ਮਾਲਵਾ ਤੇ ਦੁਆਬਾ ਤਿੰਨਾਂ ਖੇਤਰਾਂ ਵਿੱਚ ਹੈ ਪਰ ਮਾਲਵਾ ਖੇਤਰ ਵਿੱਚ ਥੋੜਾ ਵੱਧ ਪ੍ਰਭਾਵ ਹੈ ਪੰਜਾਬ ਦੇ ਮਾਲਵਾ ਰੀਜਨ ਦੇ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਅਬੋਹਰ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਬਠਿੰਡਾ ਪਟਿਆਲਾ ਲੁਧਿਆਣਾ ਮਾਨਸਾ ਸੰਗਰੂਰ ਬਰਨਾਲਾ ਮਲੇਰਕੋਟਲਾ ਤੇ ਫਤਿਹਗੜ੍ਹ ਸਾਹਿਬ ਵਿੱਚ ਰਾਮ ਰਹੀਮ ਦੀ ਪਕੜ ਚੰਗੀ ਹੈ ਇਹਨਾਂ ਜ਼ਿਲ੍ਹਿਆਂ ਵਿੱਚ 69 ਵਿਧਾਨ ਸਭਾ ਸੀਟਾਂ ਵਿੱਚ ਡੇਰੇ ਦਾ ਪੂਰਾ ਪ੍ਰਭਾਵ ਮੰਨਿਆ ਜਾਂਦਾ ਹੈ ਚੋਣਾਂ ਵਿੱਚ ਡੇਰੇ ਦੀ ਹਿੱਸੇਦਾਰੀ ਸਾਲ 2006-07 ਵਿੱਚ ਡੇਰਾ ਸੱਚਾ ਸੌਦਾ ਨੇ ਰਾਜਨੀਤਿਕ ਵਿੰਗ ਬਣਾਈ ਇਸ ਵਿੱਚ ਡੇਰਾ ਮੁਖੀ ਦੇ ਵਿਸ਼ਵਾਸ ਪਾਤਰ ਲੋਕ ਸ਼ਾਮਿਲ ਹਨ ਨਾਲ ਹੀ ਹਰ ਸੂਬੇ ਦੀ 45 ਮੈਂਬਰੀ ਕਮੇਟੀ ਵੀ ਬਣਾਈ ਗਈ ਇਸ ਤੋਂ ਬਾਅਦ ਤੋਂ ਜਾਜਾ ਚੋਣਾਂ ਆਉਂਦੀਆਂ ਹਨ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਵਿੱਚ ਇਹਨਾਂ ਡੇਰਿਆਂ ਦਾ ਸਮਰਥਨ ਹਾਸਲ ਕਰਨ ਦੀ ਹੋੜ ਲੱਗ ਜਾਂਦੀ ਹੈ ਸਾਲ 2007-2012-2017 ਦੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਨੇ ਪੂਰੀ ਤਰ੍ਹਾਂ ਨਾਲ ਹਿੱਸੇਦਾਰੀ ਦਿਖਾਈ 2014 ਦੀਆਂ ਲੋਕ ਸਭਾ ਚੋਣਾਂ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਮੁਖੀ ਨੇ ਪੀਐਮ ਦੇ ਸਵੱਛ ਭਾਰਤ ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਸਮਰਥਨ ਦਿੱਤਾ ਤਾਂ ਦੱਸ ਦਈਏ ਕਿ ਪੰਜਾਬ ਵਿੱਚ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਨੇ ਆਪਣੇ ਸਮਰਥਕਾਂ ਨੂੰ ਕਾਂਗਰਸ ਪਾਰਟੀ ਦੇ ਲਈ ਵੋਟ ਕਰਨ ਦੇ ਨਿਰਦੇਸ਼ ਦਿੱਤੇ ਸੀ ਇਸ ਦਾ ਨਤੀਜਾ ਇਹ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਈ ਅਜਿਹੀਆਂ ਥਾਵਾਂ ਤੋਂ ਚੋਣਾਂ ਹਾਰ ਗਏ ਜਿਸ ਨੂੰ ਅਕਾਲੀਆਂ ਦਾ ਗੜ੍ਹ ਕਿਹਾ ਜਾਂਦਾ ਸੀ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਵਿੱਚ ਸਫਲ ਰਿਹਾ ਅਤੇ ਡੇਰਾ ਸੱਚਾ ਸੌਦਾ ਨਾਲ ਉਸ ਸੰਬੰਧਾਂ ਵਿੱਚ ਖਟਾਸ ਆ ਗਈ ਉਸ ਤੋਂ ਬਾਅਦ ਸਾਲ 2012 ਦੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਡੇਰਾ ਸੱਚਾ ਸੌਦਾ ਤੋਂ ਸਮਰਥਨ ਮੰਗਣ ਦੇ ਲਈ ਗੁਰਮੀਤ ਰਾਮ ਰਹੀਮ ਨੂੰ ਮਿਲੇ ਸੀ ਪਰ ਉਸ ਵੇਲੇ ਡੇਰੇ ਨੇ ਕਿਸੇ ਵੀ ਪਾਰਟੀ ਦੇ ਲਈ ਸਮਰਥਨ ਕਰਨ ਦਾ ਖੁੱਲ੍ਹਾ ਐਲਾਨ ਨਹੀਂ ਕੀਤਾ ਸੀ ਰਾਜਨੀਤਿਕ ਜਾਣਕਾਰ ਕਹਿੰਦੇ ਨੇ ਕਿ ਡੇਰਾ ਅਕਾਲੀ ਦਲ ਨਾਲ ਆਪਣੇ ਵਿਗੜੇ ਹੋਏ ਸੰਬੰਧ ਸੁਧਾਰਨਾ ਚਾਹੁੰਦਾ ਸੀ ਫਿਰ 2 ਸਾਲ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਨੇ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਦੀ ਸੀਟ ਨੂੰ ਯਕੀਨੀ ਬਣਾਉਣ ਵਿੱਚ ਪੂਰੀ ਭੂਮਿਕਾ ਨਿਭਾਈ ਜਾਣਕਾਰ ਮੰਨਦੇ ਹਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਡੇਰਾ ਸੱਚਾ ਸੌਦਾ ਨੇ ਅਕਾਲੀ ਦਲ ਦਾ ਸਾਥ ਦਿੱਤਾ ਜਿਸ ਦੀ ਬਦੌਲਤ ਅਕਾਲੀ ਦਲ ਬੁਰੀ ਤਰ੍ਹਾਂ ਨਾਲ ਹਾਰਨ ਦੇ ਬਾਵਜੂਦ 25% ਵੋਟ ਸ਼ੇਅਰ ਬਰਕਰਾਰ ਰੱਖਣ ਵਿੱਚ ਕਾਮਯਾਬ ਹੋਇਆ ਕਿਸ ਨੂੰ ਹੋ ਸਕਦਾ ਹੈ ਫਾਇਦਾ
रिपोर्ट के मुताबिक इस तो पहला राम रहीम दी फरलो अते पैरोल दी अर्जी 3 बार खारिज हो चुकी है पर इस बार मंजूर कर ली गई। इस मुद्दे नु लेके कई तरह दी चर्चावां हो रही ने। सियासी जानकारां दी मनीयत भारतीय जनता पार्टी इस बार श्रोमणी अकाली दल तो वक्ख हो के चोण मैदान दे विच है, इसलिए गुरमीत राम रहीम दे जरिए भाजपा सियासी माइलेज लैण दी रणनीति तैयार करेगी। पंजाब विच डेरा समर्थकां दी काफी तादाद है जो चोण रुझान नूं प्रभावित कर सकती है। पंजाब विच डेरा समर्थक कांग्रेस तो नाराज चल रहे ने। गुरमीत राम रहीम दे प्रभाव विच उह भाजपा दे खेमे विच वोट कर सकदे ने। उधर राम रहीम नूं फरलो मिलण ते हरियाणा दे मुख्यमंत्री मनोहर लाल खट्टर ने भी अपना बयान दिता है। उन्होंने कहा है कि सरकारी सिस्टम अते कानूनी प्रक्रिया देश दे संविधान दे हिसाब नाल चलती है जिस दे तहत हर व्यक्ति दे अधिकार सुरक्षित हन। किसी व्यक्ति नूं फरलो देना एक प्रकार नाल कानूनी अते प्रशासनिक प्रक्रिया है। फरलो ते जाना आम कैदी दा अधिकार है, इस दा चोणां दे नाल संबंध विच कोई मतलब नहीं कढ़िया जाना चाहीदा। ब्यूरो रिपोर्ट, जगबाणी टीवी, चंडीगढ़। ਤਾਂ ਦੇਖ ਲਈ ਤੁਸੀਂ ਰਿਪੋਰਟ ਤੇ ਜਾਣਿਆ ਕਿ ਕਿਸ ਤਰ੍ਹਾਂ ਦੇ ਨਾਲ ਸਿਆਸੀ ਸਮੀਕਰਨਾਂ ਨੂੰ ਬਦਲ ਕੇ ਰੱਖ ਦਿੱਤਾ, ਸਿਆਸੀ ਪਾਰੇ ਨੂੰ ਉੱਪਰ ਕਰ ਦਿੱਤਾ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੇ। ਉਹ ਜੇਲ੍ਹ 'ਚੋਂ ਬਾਹਰ ਆ ਚੁੱਕੇ ਨੇ ਤਾਂ ਇਹੋ ਜਿਹੇ ਦੇ ਵਿੱਚ ਕਿਆ ਸਰਾਈਆਂ ਨੇ ਜਿਹੜੀਆਂ ਉਹ ਬਹੁਤ ਸਾਰੀਆਂ ਲਗਾਈਆਂ ਜਾ ਰਹੀਆਂ ਨੇ, ਪਰ ਸੱਚ ਕੀ ਹੋਵੇਗਾ ਉਹ ਜਨਤਾ ਤੈਅ ਕਰੇਗੀ ਅਤੇ ਇਸ ਦਾ ਪਤਾ ਸਾਨੂੰ ਚੱਲ ਜਾਵੇਗਾ 10 ਮਾਰਚ ਨੂੰ। ਸਤਿ ਸ਼੍ਰੀ ਅਕਾਲ।